ਪੇਸ਼ੈਂਟਸ ਆਏ ਸੀ ਜਿਹੜੇ ਗੈਸਟਿੰਗ ਸਟੇਜ ਤੇ ਸੀਗੇ, ਬਹੁਤ ਹੀ ਮਤਲਬ ਰਿਵਾਈਵ ਕਰਨ ਵਾਲੀ ਸਟੇਜ ਤੇ ਸੀਗੇ, ਜਿਨ੍ਹਾਂ ਦਾ ਸੀਪੀਆਰ ਕਰਨਾ ਚਾਹੀਦਾ ਸੀਗਾ। ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ, ਉਹਨਾਂ ਤੋਂ ਦੋ ਐਕਸਪਾਇਰ ਹੋਏ ਨੇ। ਕੀ ਨਾਮ ਸੁਣਨ ਇੱਕ ਏਸੀਪੀ ਸੰਦੀਪ ਸਿੰਘ ਹੈ ਜੀ, ਇੱਕ ਪਰਮਜੋਤ ਸਿੰਘ ਹੈ, ਉਹਨਾਂ ਦਾ ਗੰਨਮੈਨ ਸੀਗਾ ਕਿਹਾ ਜਾ ਰਿਹਾ, ਸਾਨੂੰ ਦੱਸਿਆ ਜਾ ਰਿਹਾ, ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ, ਨਾਮ ਮੈਨੂੰ ਧਿਆਨ। ਕਿੰਨੀ ਕੁ ਉਮਰ ਹੋਈ ਉਹਨਾਂ ਨੂੰ ਪੁੱਛਿਆ ਅਯੋਧਿਆ ਦੀ? 40 ਸਾਲ ਦੇ ਆਸ ਪਾਸ। ਤੇ ਜਿਹੜਾ ਗੰਨਮੈਨ ਸੀਗਾ ਉਹਦੀ ਕਿੰਨੀ ਕੁ ਉਮਰ ਹੋਈ? 30 ਦੇ ਆਸ ਪਾਸ। ਤੇ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਗਿਆ, ਕਿੱਥੇ ਕੀਤਾ ਗਿਆ? ਅਸੀਂ ਤਾਂ ਆਪਣੇ ਵੱਲੋਂ ਲੁਧਿਆਣੇ ਰੈਫਰ ਕੀਤਾ ਜੀ। ਕਿੰਨਾ ਇੰਜਰਡ ਸੀ ਉਹਦਾ, ਕਿੰਨੇ ਕੁ ਲੱਗੇ? ਉਹ ਠੀਕ ਸੀ ਫਿਲਹਾਲ ਕਹਿ ਸਕਦੇ ਹਾਂ, ਬਾਕੀ ਉਹਨਾਂ ਦੀਆਂ ਇਨਵੈਸਟੀਗੇਸ਼ਨਸ ਹੋਣਗੀਆਂ, ਉਸ ਤੋਂ ਬਾਅਦ ਪਤਾ ਲੱਗੇਗਾ। ਡੈਡ ਬੋਡੀ ਹਸਪੀਟਲ ਸੀ? ਹਾਂਜੀ ਬਿਲਕੁਲ। ਇਹ ਸਰ ਰਾਤ ਨਾ 1:30-1:12 ਵਜੇ ਦੇ ਕਰੀਬ ਇੱਕ ਫੋਰਚੂਨਰ ਅਤੇ ਸਕਾਰਪੀਓ ਕਾਰ ਦਾ ਜਿਹੜਾ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਇੱਕ ਸਾਡੇ ASP ਸਾਹਿਬ ਸੰਦੀਪ ਸਿੰਘ ਸੀਗੇ, ਉਹਨਾਂ ਦੇ ਗੰਨਮੈਨ ਸੀਗੇ ਅਤੇ ਡਰਾਈਵਰ ਸੀਗਾ, ਜਿਨ੍ਹਾਂ ਦੇ ਸੱਟਾਂ ਕਾਫੀ ਲੱਗੀਆਂ ਅਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਅਨਫੋਰਚੁਨੇਟਲੀ ਉਹਨਾਂ ਦੀ ਡੈਥ ਹੋ ਚੁੱਕੀ ਹੈ, ASP ਸਾਹਿਬ ਦੀ ਅਤੇ ਉਹਨਾਂ ਦੇ ਗੰਨਮੈਨ ਦੀ ਮੁੱਢ ਦੀ। ਸਰ ਇਹ ਕਾਰਨ ਕੀ ਬਣਿਆ ਜਿਹੜਾ ਐਕਸੀਡੈਂਟ, ਆਹਮੋ ਸਾਹਮਣੇ ਹੋਇਆ, ਕਿੱਥੋਂ ਕਿੱਥੇ ਜਾ ਰਹੇ ਸੀ? ਬਿਲਕੁਲ, ਇਹ ਆਹਮੋ ਸਾਹਮਣੇ ਆਇਆ ਜੀ, ਉਹ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਆ ਰਹੇ ਸੀ, ਇੱਧਰੋਂ ਲੁਧਿਆਣੇ ਸਾਈਡ ਤੋਂ ਇੱਕ ਸਕਾਰਪੀਓ ਜਾ ਰਹੀ ਸੀ, ਉਹ ਸਿੰਗਲ ਪੁੱਲ ਹੋਣ ਕਰਕੇ ਉੱਥੇ ਉਹਨਾਂ ਦਾ ਜਿਹੜਾ ਹੈਗਾ ਆਹਮੋ ਸਾਹਮਣੇ ਟੱਕਰ ਹੋ ਗਈ। ਗੱਡੀ ਦਾ ਕੁਛ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਅੱਗ ਲੱਗੀ ਸੀ? ਹਾਂ ਜੀ, ਗੱਡੀ ਨੂੰ ਜਿਹੜੀ ASP ਸਾਹਿਬ ਵਾਲੀ ਗੱਡੀ ਸੀ ਉਹਨੂੰ ਬਿਲਕੁਲ ਅੱਗ ਲੱਗ ਗਈ ਸੀਗੀ, ਅਤੇ ਅਸੀਂ ਮੌਕੇ 'ਤੇ ਚਲੇ ਗਏ ਸੀਗੇ ਅਤੇ ਸਾਡੀ ਪੁਲਿਸ ਨੇ ਕਾਫੀ ਹੰਬੜਾ ਮਾਰ ਕੇ ਉਹਦਾ ਅੱਗ 'ਤੇ ਕਾਬੂ ਪਾਇਆ ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾ ਲਿਆ ਸੀ ਮੌਕੇ 'ਤੇ।